ਬਾਗਬਾਨੀ ਆਪ ਨੂੰ ਬਾਗਬਾਨੀ ਦਾ ਬੜਾ ਸ਼ੌਂਕ ਸੀ ਹੈਰਾਨੀ ਹੁੰਦੀ ਹੈ ਕਿ ਇੰਨੇ ਸਖਤ ਰੁੱਝੇ ਹੋਏ ਹੋਣ ਦੇ ਬਾਵਜੂਦ ਉਹ ਬਾਗਬਾਨੀ ਲਈ ਵੀ ਰੋਜ਼ ਸਮਾਂ ਕੱਢ ਲੈਂਦੇ ਸਨ ਬਾਗ ਦੇ ਤਰੇ ਮੁਲਾਜ਼ਮ ਹੁੰਦੇ ਸਨ ਇੱਕ ਮਾਲੀ ਦੇ ਦੋ ਬੈਲਦਾਰ ਸਵੇਰੇ ਸ਼ਾਮ ਮਾਲੀਆਂ ਤੋਂ ਖਾਸ-ਖਾਸ ਕੰਮ ਕਰਾਉਣੇ ਤੇ ਦਿਨ ਲਈ ਕੰਮਾਂ ਦੀਆਂ ਹਦਾਇਤਾਂ ਦੇ ਦੇਣੀਆਂ ਐਤਵਾਰ ਛੁੱਟੀ ਵਾਲੇ ਦਿਨ ਸਵੇਰੇ ਤੇ ਸ਼ਾਮ ਆਪ ਦਾ ਬਹੁਤ ਸਮਾਂ ਬਾਗਬਾਨੀ ਪਰ ਹੀ ਖਰਚ ਹੁੰਦਾ ਹਰ ਮੌਸਮ ਦੇ ਅੱਡ-ਅੱਡ ਤਰ੍ਹਾਂ ਦੇ ਦੇਸੀ ਤੇ ਵਿਲੈਤੀ ਫੁੱਲਾਂ ਦੇ ਬੀਜ ਤੇ ਬਲਬਾਂ ਦੂਰ-ਦੂਰ ਤੋਂ ਮੰਗਵਾਈਆਂ ਜਾਂਦੀਆਂ ਸਨ ਹਰ ਇੱਕ ਲਈ ਅੱਡ-ਅੱਡ ਭਾਂਤ ਦੀਆਂ ਖਾਦਾਂ ਵਾਲੀਆਂ ਮਿੱਟੀ ਮਿੱਟੀਆਂ ਤਿਆਰ ਕੀਤੀਆਂ ਜਾਂਦੀਆਂ ਪਨੀਰੀਆਂ ਲਗਾਉਣੀਆਂ ਪਨੀਰੀਆਂ ਤਿਆਰ ਹੋਣ ਤੇ ਗਮਲੇ ਅਤੇ ਬਾੜੀਆਂ ਤਿਆਰ ਕਰਕੇ ਬੂਟੇ ਲਗਵਾਉਣੇ ਫੁੱਲਾਂ ਦੇ ਖਾਸ ਕਰ ਗੁਲਾ ਗੁਲਦਾਉ ਦੀ ਨਰਗਸ ਦੇ ਲੋ ਤਿਆਰ ਹੋਣ ਤੇ ਉਹਨਾਂ ਦੇ ਗਮਲੇ ਨੂੰ ਪ੍ਰਭਾਵ ਪਰੇ ਟੰਗਣਾ ਸਜਾਉਣਾ ਤੇ ਕੁਦਰਤ ਦੇ ਖੇੜੇ ਵਿੱਚੋਂ ਕਾਦਰ ਦੇ ਦਰਸ਼ਨ ਕਰ ਕਰ ਰਸਮਗਨ ਹੋ ਹੋ ਜਾਣਾ ਫਲਦਾਰ ਬੂਟਿਆਂ ਦੇ ਬੱਚੇ ਤਿਆਰ ਕਰਕੇ ਪਿਉਂਦਾ ਲਗਾਉਣੀਆਂ ਅੱਖਾਂ ਚੜਾਉਣੀਆਂ ਆਪਨੇ ਆਪਣੇ ਬਾਗ ਵਿੱਚ ਇੱਕ ਐਸਾ ਤਜਰਬਾ ਵੀ ਕੀਤਾ ਸੀ ਇੱਕ ਖੱਟੇ ਜਾਂ ਕਿੰਬ ਦੇ ਬੂਟੇ ਦੀ ਇੱਕ ਇੱਕ ਟਹਿਣੀ ਤੇ ਸੰਤਰਾ ਮਾਲਟਾ ਮਿੱਠਾ ਮੁਸੰਮੀ ਗ੍ਰੇਪਫਰੂਟ ਆਦੀਆਂ ਪਾਉਂਦੀਆਂ ਲਗਾ ਕੇ ਇੱਕੋ ਬੂਟੇ ਤੋਂ 4-5 ਭਾਂਤ ਦਾ ਫਲ ਪ੍ਰਾਪਤ ਕੀਤਾ ਇਹ ਬੂਟਾ ਹੁਣ ਮਰ ਚੁੱਕਾ ਹੈ ਗੁਲਾਬ ਗੁਲਦਾਉ ਦੀ ਨਰਗਸ ਆਪ ਨੂੰ ਖਾਸ ਕਰਕੇ ਬਹੁਤ ਪਿਆਰੇ ਸਨ ਇੱਕ ਖਾਸ ਕਿਸਮ ਦੀ ਨਰਗਸ ਚੀਨ ਤੋਂ ਮੰਗਾਈ ਜਾਂਦੀ ਸੀ ਜਿਸ ਦੀਆਂ ਗੰਡੀਆਂ ਬੰਦ ਛੇਕ ਵਾਲੇ ਖਾਸ ਬਣਵਾਏ ਗਮਲਿਆਂ ਵਿੱਚ ਪੱਥਰ ਗੀਟੀਆਂ ਵਿੱਚ ਵਿੜ ਕੇ ਰੱਖੀਆਂ ਜਾਂਦੀਆਂ ਤੇ ਗਮਲੇ ਪਾਣੀ ਨਾਲ ਭਰ ਦਿੱਤੇ ਜਾਂਦੇ ਇਹਨਾਂ ਵਿੱਚ ਖਾਦ ਜਾਂ ਮਿੱਟੀ ਨਹੀਂ ਸੀ ਪਾਈ ਜਾਂਦੀ ਹੋਰ ਵੀ ਕਈ ਪ੍ਰਕਾਰ ਦੀਆਂ ਗੰਡੀਆਂ ਆਇਰਿਸ ਹਾਈਸਿੰਥਾ ਟਿਊਲਿਪ ਟਿਊਬਰੋਜ਼ ਅਮਰੇਲਿਸ ਹਮੈਂਥਿਸ ਕਈ ਪਾਂਧੀ ਲੀਲੀ ਆਦ ਮੰਗਾਈਆਂ ਤੇ ਲਗਾਈਆਂ ਜਾਂਦੀਆਂ। ਅਨੇਕ ਸਬਜ਼ੀਆਂ ਦੇ ਬੀਜ ਲੰਡਨ ਤੋਂ ਵੀ ਮੰਗਾਏ ਜਾਂਦੇ ਸਨ। ਬੜੀਆਂ ਅਜੀਬ ਅਜੀਬ ਸਬਜ਼ੀਆਂ ਉਹਨਾਂ ਵਿੱਚੋਂ ਅਜੇ ਵੀ ਕਈ ਸਾਡੇ ਦੇਸ਼ ਵਿੱਚ ਨਹੀਂ ਦੇਖਦੀਆਂ। ਜਿਵੇਂ ਕਿ ਕੇਲ, ਰੈੱਡ ਕੈਬੇਜ, ਆਰਟੂਚੋਕ, ਦੋ ਪ੍ਰਕਾਰ ਦਾ ਬਰੂਸਲ ਸਪਰਾਉਟ ਆਦ। ਲੀਚੀ ਫਲ ਅੰਮ੍ਰਿਤਸਰ ਵਿੱਚ ਸਭ ਤੋਂ ਪਹਿਲੇ ਆਮ ਆਪਨੇ ਹੀ ਕਈ ਤਜਾਬੇ ਕਰਕੇ ਸਫਲ ਕੀਤਾ ਫਿਰ ਚੀਕੂ, ਕਟਹਿਰ, ਬੜਹਿਲ, ਜਾਪਾਨੀ ਫਲ, ਕਈ ਭਾਦ ਦਾ ਨਿੰਬੂ, ਰਿਠਾ, ਗਲਗਲ ਸੰਤਰਾ, ਮਾਲਟਾ, ਮੁਸੰਮੀ, ਚਕੋਦਰਾ, ਗ੍ਰੇਪਫਰੂਟ, ਕਈ ਕਿਸਮ ਦਾ ਆਂਬਲ, ਲੰਗੜਾ, ਦਸਹਿਰੀ, ਮਾਲਦਾ ਆਤ ਲਗਾਏ। ਇਨ੍ਹਾਂ ਬਾਰੇ ਆਪ ਦੀ ਵਕਫੀ ਇੰਨੀ ਵਿਸ਼ਾਲ ਸੀ ਕਿ ਫਰੂਟ ਸਪੈਸ਼ਲਿਸਟ ਆਪ ਦੇ ਨਿੱਜੀ ਤਜਰਬੇ ਤੋਂ ਜਾਣਕਾਰੀ ਤੇ ਸਿੱਖਿਆ ਲੈ ਕੇ ਜਾਂਦੇ ਸਨ ਅਮਰਿਤ ਛਕਣਾ میٹرਿਕ ਪਾਸ ਕਰਨ ਪਿੱਛੋਂ 19-20 ਸਾਲ ਦੀ ਉਮਰ ਵਿੱਚ ਆਪ ਨੇ ਅਮਰਿਤ ਛਕਿਆ ਪੰਜਾਂ ਪਿਆਰਿਆਂ ਦੇ ਜਥੇਦਾਰ ਸ੍ਰੀ ਮਾਨਸੰਤ ਸ਼ਾਮ ਸਿੰਘ ਜੀ ਸਨ ਜੋ ਸ਼੍ਰੀ ਦਰਬਾਰ ਸਾਹਿਬ ਬੜਾ ਜੀਰ ਕੀਰਤਨ ਕਰਦੇ ਰਹੇ ਤੇ ਉਹਨਾਂ ਦਾ ਡੇਰਾ ਆਟਾ ਮੰਡੀ ਵਿੱਚ ਸਥਿਤ ਹੈ। ਆਪਣੇ ਨੁਕਤਾਚੀਨ ਨੂੰ ਭਾਈ ਸਾਹਿਬ ਜੀ ਨੇ ਜਦ ਤੋਂ ਕਲਮ ਫੜੀ ਉਹਨਾਂ ਦੀ ਰਚਨਾ ਤੇ ਪ੍ਰਸ਼ੰਸਕ ਤੇ ਅਪ੍ਰਸ਼ੰਸਕ ਨਾਲੋਂ ਨਾਲ ਚੱਲਦੇ ਰਹੇ। ਪਸੰਦ ਕਰਨ ਵਾਲਿਆਂ ਦੀ ਗਿਣਤੀ ਬਹੁਤ ਸੀ ਤੇ ਨੁਕਤਾਚੀਨਾਂ ਜਾਂ ਛਿੱਧਰ ਟੁੰਡਣ ਵਾਲਿਆਂ ਦੀ ਥੋੜੀ। ਲੇਖਕ ਲਈ ਪ੍ਰਸ਼ੰਸਾ ਦਿਲ ਵਧਾਉ ਹੋਈਆ ਕਰਦੀ ਹੈ ਤੇ ਨੁਕਤਾ ਚੀਨੀ ਹੌਸਲਾ ਢਾਉ ਪਰ ਆਪ ਨੁਕਤਾ ਚੀਨ ਦੀ ਨੁਕਤਾ ਚੀਨੀ ਤੋਂ ਆਪਣੀ ਆਯੂ ਵਿੱਚ ਸਦਾ ਅਸ਼ੋ ਤੇ ਅਛਿੜ ਰਹੇ ਹਨ हे बड़ा ਔਖਾ ਪਰ ਆਪਨੇ ਆਪਣੇ ਜੀਵਨ ਵਿੱਚ ਇਹ ਪ੍ਰਤੱਖ ਵਰਤਕੇ ਵਿਖਾ ਦਿੱਤਾ ਹੈ ਆਪ ਦੀ ਸੂਰਤ ਐਸੇ ਹਮਲਿਆਂ ਵੇਲੇ ਕਿਸਲਾ ਪਰਵਾਹੀ ਤੇ ਉੱਚੇ ਘਰ ਵਿੱਚ ਰਹਿੰਦੀ ਸੀ ਇਹ ਉਹਨਾਂ ਦੀ ਇੱਕ ਕਵਿਤਾ ਪ੍ਰਗਟ ਕਰਦੀ ਹੈ ਇਸ ਵਿੱਚ ਉਹਨਾਂ ਨੇ ਆਪਣੇ ਨੁਕਤਾ ਚੀਨ ਨੂੰ ਕਿਸੇ ਕਿ੍ਰਿਣਿਤ ਪਦ ਨਾਲ ਨਹੀਂ ਪਰਮਾਨ ਵਾਲੇ ਜੋਰੀ ਪਦ ਨਾਲ ਯਾਦ ਕੀਤਾ ਹੈ ਆਪ ਲਿਖਦੇ ਹਨ ਸ਼ੋਧ ਰਿਆਵੇ ਖੇਡ ਡੰਡੀ ਨੂੰ ਗਿਟੜੀਆਂ ਲੱਭ ਪਈਆਂ ਨਵੇਂ ਰੰਗ ਤੇ ਨਵੇਂ ਵਨ ਤੇ ਨਵੇਂ ਸੂਜ ਫੱਬ ਰਹੀਆਂ ਪਰ ਮੈਂ ਗਿਟੀਆਂ ਵਾਂਗ ਉਸ਼ਾਲਾਂ ਬਾਲਾਂ ਵਾਂਜੂ ਖੇਡਾਂ ਉਤੋਂ ਆ ਨਿਕਲਿਆ ਇੱਕ ਜੋਰੀ ਉਹਨੂੰ ਗੀਟੀਆਂ ਚ ਲਈਆਂ ਦੇਖ ਪਰਖ ਸਿਰ ਫੇਰ ਆਖਦਾ ਕਿ ਇੰਨੀ ਨਾਉ ਤਰਾਵੀ ਨਾਨੋ ਰਤਨ 84 ਸੰਗਣਾ ਕੀਮਤ ਕਿਵੇਂ ਜਚਾਵੀ ਅਸਾਂ ਕਿਹਾ ਛੱਡ ਖੇੜਾ ਹਾਲੇ ਖੇਡਣ ਦੇਖਾਂ ਸਾਨੂੰ ਗਿਣਤੀ ਜਦੋਂ 93 ਤੇਰੀ ਵੱਧੂ ਮੁੱਲ ਆ ਪਾਵੀ ਜਦ ਵੀ ਕਿਸੇ ਨੇ ਕਿਸੇ ਨੁਕਤਾਚੀਨ ਕੁੰਤਰੀ ਪਰਚੋਲੀਏ ਜਾਂ ছিਦਰ ਡੁੰਡਣਹਾਰ ਵੱਲੋਂ ਆਪਜੀ ਦੀ ਕਵਿਤਾ ਦੇ ਜਾਂ ਆਪਜੀ ਦੀ ਪਵਿੱਤਰ ਰਾਤ ਦੇ ਬਰ ਖਿਲਾਫ ਕੋਈ ਮਜ਼ਮੂਨ ਅਖਬਾਰ ਜਾਂ ਰਸਾਲੇ ਵਿੱਚ ਨਿਕਲਦਾ ਹੈ ਤੇ ਆਪ ਨੂੰ ਇਤਲਾਹ ਦਿੱਤੀ ਜਾਂਦੀ ਅਤੇ ਮੰਗ ਕੀਤੀ ਜਾਂਦੀ ਕਿ ਆਪ ਇਸ ਦਾ ਉੱਤਰ ਲਿਖੋ ਤਾਂ ਆਪ ਸਾਫ਼ ਨਾ ਕਰ ਦਿੰਦੇ ਸਨ ਇਹ ਉਹ ਕੁਝ ਕਹਿੰਦੇ ਸੰਨ ਜੋ ਪਿੱਛੇ ਜਿਹੇ ਬਾਲਾ ਪ੍ਰੀਤਮ ਪਦ ਪਰ ਵਿਚਾਰ ਵਾਲੇ ਲੇਖ ਸਮੇਂ ਜਦ ਆਪ ਜੀ ਨੂੰ ਉੱਤਰ ਦੇਣ ਹਿਤ ਅਤ ਮਜਬੂਰ ਕੀਤਾ ਗਿਆ ਸੀ ਤਾਂ ਆਪ ਨੇ ਉਸ ਲੇਖ ਦੇ ਆਰੰਭ ਵਿੱਚ ਲਿਖਿਆ ਸੀ ਮੈਂ ਜੋ ਕੁਝ ਲਿਖਿਆ ਹੈ ਉਹ ਜੋ ਕੁਝ ਮੈਂ ਸਤਗੁਰਾਂ ਦੀ ਮਹਾਨ ਪਵਿੱਤਰ ਬਾਣੀ ਤੋਂ ਸਮਝਿਆ ਹੈ ਸੱਚਾ ਤੇ ਸਿੱਧਾ ਰਸਤਾ ਜੀਵਨ ਪੱਧਰ ਦਾ ਉਸੇ ਨੂੰ ਦੁਖੀ ਜਗਤ ਲਈ ਪੇਸ਼ ਕਰਨ ਦਾ ਯਤਨ ਕਰਦਾ ਰਿਹਾ ਹਾਂ ਮੇਰੀ ਕੋਈ ਮਨਮਤ ਇਸ ਵਿੱਚ ਨਹੀਂ ਦੂਜੇ ਲਫ਼ਜ਼ਾਂ ਵਿੱਚ ਇੱਕ ਤਰ੍ਹਾਂ ਨਾਲ ਮੇਰੀ ਰਚਨਾ ਗੁਰਬਾਣੀ ਦਾ ਟਿਕਾ ਜਾਂ ਵਿਸਥਾਰ ਹੈ ਇਹ ਜੋ ਕੁਝ ਲਿਖਿਆ ਗਿਆ ਹੈ ਇਸਨੇ ਰਹਿਣਾ ਹੈ ਪਰ ਮੈਂ ਹਮੇਸ਼ਾ ਨਹੀਂ ਰਹਿਣਾ ਨੁਕਤਾ ਚੀਨ ਦਾ ਸਦਾ ਹੁੰਦੇ ਰਹਿਣਗੇ ਮੈਂ ਕਦ ਤੱਕ ਇਹਨਾਂ ਨਾਲ ਨਿਭ ਸਕਾਂਗਾ ਹੁਣ ਤਾਂ ਭਲਾ ਮੈਂ ਜ਼ਿੰਦਾ ਹੋਇਆ ਤੇ ਮੈਂ ਜਵਾਬ ਲਿਖਦਾ ਰਹਾ ਪਰ ਜੇ ਇਹ ਸੀਰੀਜ਼ ਇੱਥੇ ਨਾ ਹੋਇਆ ਤਾਂ ਫਿਰ ਕਿੱਥੇ ਕਿਸ ਤਰ੍ਹਾਂ ਮੈਂ ਉੱਤਰ ਦੇਣ ਦਾ ਜ਼ਮਾਂ ਨਿਭਾ ਸਕਾਂਗਾ ਇਸ ਵਾਸਤੇ ਜੋ ਲਿਖ ਦਿੱਤਾ ਹੈ ਜਗਤ ਦੇ ਕੁਝ ਦੁੱਖ ਦੂਰ ਕਰਨ ਦੇ ਯਤਨ ਵਿੱਚ ਲਿਖ ਦਿੱਤਾ ਹੈ ਅਗੋਂ ਜੇ ਜਗਤ ਨੂੰ ਉਹ ਨਹੀਂ ਰੁਚਦਾ ਤਾਂ ਜੋ ਚਿਤ ਆਵੇ ਕਰੇ ਇਸ ਦਾ ਆਦਰ ਕਰੇ ਜਾਂ ਅਨਾਦਰ ਮੈਨੂੰ ਕੋਈ ਹਰਖ ਸੁਖ ਸੋਗ ਨਹੀਂ ਜਦ ਮੈਂ ਇਸ ਦੇਹੀ ਦੇ ਵਿੰਸਨ ਤੋਂ ਬਾਅਦ ਜਵਾਬ ਨਹੀਂ ਦੇ ਸਕਣੀ ਤਾਂ ਹੁਣ ਵੀ ਕਿਉਂ ਵਕਤ ਜ਼ਾਇਆ ਕਰਾਂ ਜੋ ਥੋੜਾ ਬਹੁਤ ਵਕਤ ਨਿਕਲ ਸਕੇ ਮੈਂ ਐਸੇ ਜਗਤ ਲਈ ਕੋਈ ਹੋਰ ਕਾਰਜ ਕਰਾਂ ਖਬਰੇ ਉਹ ਕਿਸੇ ਨਾ ਕਿਸੇ ਨੂੰ ਲਾਭ ਦੇ ਜਾਏ ਗੁਰੂ ਸਾਹਿਬਾਨ ਦੀ ਬਖਸ਼ੀ ਰੋਸ਼ਨੀ ਵਿੱਚ ਮੈਂ ਆਪਣੇ ਜੀਵਨ ਨੂੰ ਵੀ ਢਾਲਣ ਦਾ ਤੇ ਨਿਰੋਲ ਸੱਚ ਤੇ ਟੁਰਨ ਦਾ ਮੁੱਢ ਤੋਂ ਯਤਨ ਕਰਦਾ ਰਿਹਾ ਹਾਂ ਵਾਹਿਗੁਰੂ ਜੀ ਦੀ ਮਿਹਰ ਹੈ ਕਿ ਭਾਵੇਂ ਮੈਨੂੰ ਇਸ ਰਸਤੇ ਵਿੱਚ ਦੁੱਖ ਤਕਲੀਫਾਂ ਵਧੇਰੇ ਸਹਿਣੀਆਂ ਪਈਆਂ ਹਨ ਕਿਉਂਕਿ ਜਗਤਵਲ ਛਲ ਦਾ ਹੈ ਤੇ ਸੱਚ ਦੇ ਰਸਤੇ ਤੇ ਟੁਰਨ ਵਾਲਿਆਂ ਦੇ ਰਾਹ ਵਿੱਚ ਰੋੜੇ ਟਕਾਉਂਦਾ ਹੈ ਪਰ ਫਿਰ ਵੀ ਮੈਨੂੰ ਇਸ ਰਸਤੇ ਤੇ ਆਤਮਿਕ ਸੁੱਖ ਨੇ ਆਏ ਦੁੱਖਾਂ ਸੁੱਖਾਂ ਦੇ ਰੋੜਿਆਂ ਤੋਂ ਸਦਾ ਹੀ ਪਚਾਈ ਰੱਖਿਆ ਹੈ ਤੇ ਗਿਰਿਆਉ ਨਹੀਂ ਹੋਣ ਦਿੱਤਾ ਸਦਾ ਹੀ ਬਚਾਈ ਰੱਖਿਆ ਹੈ ਤੇ ਗਿਰਾਉ ਨਹੀਂ ਹੋਣ ਦਿੱਤਾ ਜਗਤ ਨਾਲ ਜੋ ਗੱਲ ਕਰੋ ਇਹ ਉਸ ਦੇ ਅਬੀਦਾ ਵਿ੍ਰਿਧੀ ਬ੍ਰਿਤੀ ਵਿੱਚ ਅਰਥ ਨਹੀਂ ਕੱਢਦਾ ਪਰ ਵਜੰਜਨਾ ਵਿੱਚ ਚਲਾ ਜਾਂਦਾ ਤੇ ਧੋਨੀਆਂ ਕੱਢ ਕੇ ਹੀ ਆਪਣੇ ਨਤੀਜੇ ਅਟਕਲਣ ਲੱਗ ਜਾਂਦਾ ਹੈ ਕਿਉਂਕਿ ਸਾਰੇ ਜਗਤ ਦਾ ਹੈ ਆਪੋ ਵਿੱਚ ਦੀ ਇਹ ਸਲੂਕ ਹੋ ਗਿਆ ਹੈ ਤਦ ਨਿਰੋਧ ਸੱਚ ਤੇ ਤੁਰਨ ਵਾਲੇ ਤੇ ਅਬੀਦਾ ਵਿੱਚ ਵਿਚਰਨ ਵਾਲੇ ਦਾ ਨਿਭਾ ਬੜਾ ਔਖਾ ਹੈ ਸੁਣਨ ਵਾਲਾ ਜੋ ਸਲੂਕ ਹੋਰਨਾਂ ਨਾਲ ਕਰਦਾ ਹੈ ਕੀ ਅਬੀਦਾ ਦੇ ਲਫ਼ਜ਼ਾਂ ਨੂੰ ਸੁਣ ਵਿਜੰਜਨਾ ਤੇ ਅਰਥ ਕੱਢ ਲਿੰਦਾ ਹੈ ਇਹੋ ਇਸ ਨਾਲ ਵੀ ਕਰਦਾ ਹੈ ਤਾਂ ਮੋਲੋਮਲੀ ਨਾਰਾਜ਼ਗੀ ਕਰ ਬੈਠਦਾ ਤੇ ਕਲੇਸ਼ ਵਦਾ ਬੈਠਦਾ ਹੈ ਜਿਵੇਂ ਕੀ ਕਿਸੇ ਨੂੰ ਕਿਸੇ ਨੇ ਮੈਨੂੰ ਆਖਿਆ ਕਿ ਮੇਰਾ ਇਹ ਕੰਮ ਕਰ ਦੇ ਤੇ ਮੈਂ ਜੇ ਅੱਗੋਂ ਇਹ ਕਹਿ ਦਿੱਤਾ ਹੈ ਕਿ ਕਰਤਾ ਦੇਾਂਗਾ ਪਰ ਹਾਲੇ ਮੇਰੇ ਕੋਲ ਹਥਲਾ ਕੰਮ ਜ਼ਰੂਰੀ ਹੈ ਤੇ ਛੇਤੀ ਮਕਾਉਣ ਵਾਲਾ ਪਿਆ ਹੈ 8-10 ਦਿਨ ਤੋਂ ਬਾਅਦ ਆਪ ਦਾ ਕੰਮ ਸ਼ੁਰੂ ਹੋ ਸਕੇਗਾ ਪਰ ਸੁਨ ਵਾਲਾ ਇਸ ਦੇ ਅਰਥ ਵਿਜੰਜਨਾ ਵਿੱਚ ਹੀ ਕੱਢ ਲੈਂਦਾ ਹੈ ਕਿ ਮਾਨੋ ਮੈਂ ਟਾਲ ਰਿਹਾ ਹਾਂ ਤੇ ਉਸ ਦਾ ਕੰਮ ਕਰਨਾ ਨਹੀਂ ਚਾਹੁੰਦਾ ਮੈਂ ਅਪੂਲ ਨਹੀਂ ਅਪੂਲਤਾ ਸਤਗੂ ਸੱਚਾ ਪਾਤਸ਼ਾਹ ਹੈ ਮੈਂ ਤਾਂ ਖਿੰਨ ਖਿੰਨ ਭੁੱਲਣ ਹਾਰਾ ਹਾਂ ਪਰ ਮੇਰੀ ਜਾਤ ਸੰਬੰਧੀ ਜੋ ਸੱਜਣ ਕੁਝ ਹੋਰ ਵੇ ਸਮਝ ਕੇ ਲਿਖਦੇ ਹਨ ਉਹ ਵਿਸ਼ੇਸ਼ ਕਰਕੇ ਮੇਰੇ ਕਹੇ ਲਫ਼ਜ਼ਾਂ ਦੇ ਵਿਜੰਜਨਾ ਵਿੱਚ ਅਰਥ ਸਮਝ ਕੇ ਗਲਤ ਪਾਸੇ ਟੁਰ ਪੈਣਦੇ ਰਹੇ ਹਨ ਮੈਂ ਆਪਣੇ ਵੱਲੋਂ ਸੱਚੇ ਦਿਲੋਂ ਤੇ ਇਮਾਨਦਾਰੀ ਨਾਲ ਯਤਨ ਕੀਤਾ ਹੈ ਕਿ ਆਪਣੇ ਜੀਵਨ ਨੂੰ ਗੁਰਬਾਣੀ ਦੀ ਵਕਫੀ ਵਿੱਚ ਸਦਾ ਤੌਰਾਂ ਤੇ ਗੁਰੂ ਜੀ ਦੇ ਮਿਹਰ ਮੈਨੂੰ ਇਸ ਰਸਤੇ ਟੁਰਦਿਆਂ ਸਦਾ ਆਪਣੇ ਸੀਸ ਤੇ ਸਾਹਿਕ ਰਹੀ ਹੈ ਜੋ ਕੁਝ ਮੈਂ ਅਨੁਭਵ ਕੀਤਾ ਹੈ ਜੋ ਕੁਝ ਬਾਣੀ ਤੋਂ ਪ੍ਰਾਪਤ ਕੀਤਾ ਹੈ ਉਹੋ ਕੁਝ ਹੀ ਲਿਖਿਆ ਅਤੇ ਉਸੇ ਤੇ ਆਪ ਟੁਰਿਆ ਹਾਂ ਮੈਨੂੰ ਫਕਰ ਹੈ ਕਿ ਮੇਰਾ ਜੀਵਨ ਤੇ ਮੇਰੀ ਲਿਖਤ ਵਾਹਿਗੁਰੂ ਮਿਹਰ ਏਕੋ ਜੇ ਨਿਭੇ ਹਨ ਜੀਵਨ ਨਿਸ਼ਾਨਾ ਪਾਈ ਸਾਹਿਬ ਜੀ ਦਾ ਜੀਵਨ ਨਿਸ਼ਾਨਾ ਕੁਝ ਇਸੋ ਇਸੇ ਤਰ੍ਹਾਂ ਦਾ ਸਹੀ ਹੁੰਦਾ ਹੈ ਜਿਸ ਤਰ੍ਹਾਂ ਦਾ ਭਾਈ ਨੰਦ ਲਾਲ ਜੀ ਨੇ ਆਪਣਾ ਲਿਖਿਆ ਹੈ ਉਹਨਾਂ ਦੇ ਲਫ਼ਜ਼ਾਂ ਹਵਾਈ ਬੰਦਗੀ ਅਬੁਰਦ ਦਰਵਜੂਦ ਮਰਾਂ ਵਗਰਨਾ ਜੋਕੇ ਚੁੰਨੀ ਆਮਦਨ ਨਾ ਬੂਧ ਮਰਾਂ ਬੰਦਗੀ ਜਾਂ ਭਗਤੀ ਦੀ ਲਾਲਸਾ ਹੀ ਮੈਨੂੰ ਇਸ ਸਰੀਰ ਵਿੱਚ ਲਿਈ ਹੈ ਨਹੀਂ ਤਾਂ ਐਵੇਂ ਸੰਸਾਰ ਤੇ ਆਉਣ ਦਾ ਮੈਨੂੰ ਕੋਈ ਚਾਅ ਨਹੀਂ ਸੀ ਭਾਈ ਸਾਹਿਬ ਨੇ ਵੀ ਇੱਕ ਵਾਰ ਇੱਕ ਸੱਜਣ ਨਾਲ ਗੱਲਬਾਤ ਕਰਦੇ ਆਂ ਉਸਦੀ ਪੁੱਛ ਤੇ ਉੱਤਰ ਵਿੱਚ ਕਿਹਾ ਮੈਂ ਤਾਂ ਗੁਰੂ ਨਾਨਕ ਦੀ ਸਿਫਤ ਸਲਾਹ ਹੀ ਗਾਉਣ ਆਇਆ ਹਾਂ ਆਪਣੇ ਨਾਮ ਨੇ ਦਾ ਪ੍ਰਸਿੱਧੀ ਲਈ ਨਹੀਂ ਆਇਆ ਇੱਕ ਕਵਿਤਾ ਹੋਰ ਹੈ ਜਿਸ ਵਿੱਚ ਭਾਈ ਸਾਹਿਬ ਜੀ ਨੇ ਆਪਣੇ ਜੀਵਨ ਦਾ ਨਿਸ਼ਾਨਾ ਦੱਸਿਆ ਹੈ ਗੱਲ ਇਸ ਤਰ੍ਹਾਂ ਹੈ ਕਿ ਇੱਕ ਵਾਰ ਲਾਲਾ ਧਨੀ ਰਾਮ ਚਾਤਰਿਕ ਨੇ ਆਪ ਨੂੰ ਇੱਕ ਚਿੱਠੀ ਲਿਖੀ ਕਿ ਮੇਰਾ ਇੱਕ ਸੱਜਣ ਆਪਣਾ ਮਾਸਕ ਪੱਤਰ ਨਵਾਂ ਸ਼ੁਰੂ ਕਰਨ ਲੱਗਾ ਹੈ ਤੇ ਉਸਨੇ ਮੈਨੂੰ ਕਿਹਾ ਹੈ ਕਿ ਪਹਿਲਾ ਅੰਕ ਆਪਣੇ ਮਾਸਕ ਪੱਤਰ ਦਾ ਭਾਈ ਵੀਰ ਸਿੰਘ ਅੰਕ ਕੱਢਣਾ ਹੈ ਤੇ ਤੂੰ ਭਾਈ ਸਾਹਿਬ ਦੇ ਜੀਵਨ ਪਰ ਇੱਕ ਲੇਖ ਲਿਖ ਦੇ ਚਾਤ੍ਰਿਕ ਜੀ ਨੇ ਭਾਈ ਸਾਹਿਬ ਜੀ ਤੋਂ ਆਗਿਆ ਮੰਗ ਭੇਜੀ ਕਿ ਮੈਨੂੰ ਕੋਈ ਸਮਾਂ ਦਿਓ ਤਾਂ ਜੋ ਮੈਂ ਆਪ ਆਪ پاس ਆ ਕੇ ਆਪ ਦੇ ਜੀਵਨ ਬਾਰੇ ਕੁਝ ਪੁੱਛ ਜਾਵਾਂ ਤੇ ਆਪਣੇ ਮਿੱਤਰ ਦੀ ਇੱਛਾ ਪੂਰੀ ਕਰਦੇ ਹਾਂ। ਚਾਤ੍ਰਿਕ ਜੀ ਦਾ ਪੱਤਰ ਪੜ੍ਹ ਕੇ ਆਪ ਦੇ ਦਿਲ ਪਰ ਜੋ ਗੁਜ਼ਰਿਆ ਆਪਨੇ ਉਸ ਉਸੇ ਵੇਲੇ ਇੱਕ ਗਜ਼ਲ ਵਿੱਚ ਅੰਕਿਤ ਕਰ ਦਿੱਤਾ। ਮਾਨੋ ਇਹ ਚਾਤ੍ਰਿਕ ਜੀ ਦੇ ਪੱਤਰ ਦਾ ਉੱਤਰ ਹੈ। ਕੋਈ ਹੈ ਦਦ ਅੰਦਰ ਦਿਲ ਕੋਈ ਹੈ ਗਮ ਅਸੇ ਲੁਕਿਆ। ਕਲੇਜਾ ਰਾਜ ਭਰਿਆ ਹੈ ਕੀ ਪ੍ਰੰਗ ਕੇ ਸੋਜ ਦਿਲ ਤੋਂ ਉਹ ਕਈ ਖਾਰਾ ਨੇ ਚੁਬ-ਚੁਬ ਕੇ ਇਹੋ ਕਤਰੇ ਜਿਮੀ ਤੋਂ ਉਠਾ ਹੈ ਕੋ ਬੁਲਬੁਲ ਤੂੰ ਖੂ ਬਣਿਆ ਸਦਾ ਬੁਲਬੁਲ ਤੂੰ ਖੂ ਟਪਕੇ ਨਾ ਜਾਲੀ ਬਾਗਬਾਨਾ ਲਾ ਨਾ ਇਸਤੇ ਰਿਜਤੂ ਭੋਲੇ ਫਿਰਨ ਦੇ ਕੁਕਦੀ ਬਨ ਬਨ ਤਰੇ ਸੁਰ ਵਿੱਚ ਰੋਂਦੇ ਬੁਲਬੁਲ ਨਾ ਪੀਤੀ ਲਾ ਨਾ ਜਾਲੀ ਨੂੰ ਨਾ دیਵਾਨੀ ਬਣਾ ਦੀ ਨੂੰ ਜੀ ਗਮ ਦੀ ਕਸਮ ਸਾਈ ਨੇ ਸਦਾ ਬੁਲਬੁਲ ਫੁਗਾਂ ਸਮਝੀ ਹਜ਼ਾਰਾਂ ਬਾਗ ਵਿੱਚ ਭੋਲੇ ਰਹਿਣ ਦੇ ਇੱਕ ਬੇਗੋਲੀ ਜੇ ਜਿਸ ਨੂੰ ਰੋ ਰਹੀ ਬੁਲਬੁਲ ਫੁਗਾਂ ਬਣ ਕੇ ਰਿਹਾ ਡੁਲ ਡੁਲ ਟਿਕਾ ਹੋ ਨਹੀਂ ਸਕਦੀ ਟਿਕਾ ਹੋ ਨਹੀਂ ਸਕਦੀ ਨਿਕਲਦਾ ਹੈ ਪਿਆ ਕੁਲ ਕੁਲ ਸੈ ਕਤਰੇ ਖੂਨ ਦੇ ਡੇਗੇ ਚੜੇ ਛਾਕਾਂ ਦੇ ਹੋ ਗੁਲਗੁਲ ਹੇ ਦਿਲ ਬੁਲਬੁਲ ਦਾ ਖੂ ਹੋਇਆ ਸੁਰਾਹੀ ਖੂ ਦੀ ਇਹ ਕੁਲ ਕੁਲ ਸਦਾ ਬੁਲਬੁਲ ਨਹੀਂ ਗਾਣਾ ਨਾ ਖੁਸ਼ ਹੋ ਇਸ ਦੇ ਤੂੰ ਭੁਲ ਭੁਲ ਸਦਾ ਮੁਹੰਮਲ ਲਗਾਵਨ ਦੇ ਵਹਿਣ ਦੇ ਜ਼ਿਕਰ ਨੂੰ ਤੁਲ ਤੁਲ ਨਾ ਸੋਨੇ ਦੀ ਘੜਾ ਝਾਂਜਰ ਤੂੰ ਉਂਗਲ ਤੇ ਬਾਹ ਫੁੱਲ ਫੁੱਲ ਤੇਰੇ ਸਿੱਕੇ ਨਾ ਪਾਈ ਹੈ ਫੁਗਾ ਮੁਹਬਲ ਫੁਗਾ ਗੁਲਗੁਲ ਕਲੋਲਾਂ ਕਰ ਰਹੇ ਪੰਛੀ ਗਮ ਆਪਣੇ ਰੋਂਬ ਦੀ ਬੁਲਬੁਲ ਇਹ ਕਵਿਤਾ ਹੋਰ ਹੈ ਜੋ ਇਹਨਾਂ ਨੇ ਲਿਖਾਰੀ ਨੂੰ ਸੰਬੋਧਨ ਕਰਦਿਆਂ ਲਿਖੀ ਹੈ ਉਸ ਵਿੱਚ ਲਿਖਾਰੀ ਦਾ ਆਦਰਸ਼ ਦੱਸਿਆ ਦੱਸਦੇ ਹਨ ਇੱਕ ਤਰ੍ਹਾਂ ਆਪਣੇ ਜੀਵਨ ਨਿਸ਼ਾਨਾ ਚਿੱਤਰ ਦਿੱਤਾ ਹੈ ਸੁਣ ਤੂੰ ਲਿਖਣਾ ਹਾਰਿਆ ਜਿਸ ਨੂੰ ਪੜ੍ਹਤੇ ਜਗਤ ਲਿਖਣ ਚਾਉ ਜਾ ਉਮ ਗਿਆ ਹੈ ਉੱਥੇ ਸੰਦੇਸ਼ ਜੋ ਜਿਸ ਨੂੰ ਪੜ ਕੇ ਪੜਨ ਹਾਰ ਨਾਲੋਂ ਉੱਚਾ ਹੋ ਜਏ ਦਰਵ ਜਾਵੇ ਚ ਹੈ ਅਕਲ ਵਿੱਚ ਸੋਹਣੇ ਸੁਆਦੀ ਰੰਗ ਵਿੱਚ ਨੀਵੀਆਂ ਰੂਚੀਆਂ ਜਗਤ ਵਿੱਚ ਅੱਗੇ ਫੈਲੇ ਹਨ ਬੜੇ ਐਸਾ ਕੁਝ ਨਾ ਲਿਖ ਬਧੇ ਪਾਪ ਅਰ ਦੁੱਖ ਆਪਣੇ ਅੰਦਰ ਵੇਖ ਮੇਟੇ ਮਨ ਦੀ ਤੁਖ ਪੜ ਪਹਿਲਿਆਂ ਹਾਲ ਸੁਖ ਵਿੱਚ ਭਾਵੇਂ ਝੁਖ ਕੁਸ਼ਕੂ ਸੁਖਿਆ ਹੋਏ ਪਲਟ ਜਾਸ ਕੁਛ ਰੁਖ ਨੀਵੇਂ ਕਰਮ ਸੁਭਾਅ ਕਾਹੀ ਵਧਾਵੇ ਲਿਖ ਇਹਨਾਂ ਦੀਆਂ ਰਚਨਾਵਾਂ ਤੇ ਕਵਿਤਾਵਾਂ ਤੋਂ ਜੋ ਉਹਨਾਂ ਦੇ ਨਿਰਮਾਣ ਵਿੱਚ ਜੀਵਨ ਦਾ ਨਿਸ਼ਾਨਾ ਸਿੱਧ ਹੁੰਦਾ ਹੈ ਸਾਨੂੰ ਸਭਨਾਂ ਨੂੰ ਉਸ ਨੂੰ ਧਿਆਨ ਵਿੱਚ ਰੱਖ ਕੇ ਉਸ ਪੱਧਰ ਤੇ ਖਲੋ ਕੇ ਹੀ ਕੋਈ ਆਲੋਚਨਾ ਤੇ ਵਿਵੇਚਨਾ ਕਰਨੀ ਯੋਗ ਹੈ ਇਸ ਲੇਖ ਦੇ ਪੜੇ ਜਾਣ ਪਿੱਛੋਂ ਕੁਝ ਸੱਜਣਾਂ ਨੇ ਵਾਰੀ-ਵਾਰੀ ਕੁਝ ਪ੍ਰਸ਼ਨ ਕੀਤੇ ਜਿਨ੍ਹਾਂ ਦੇ ਉੱਤਰ ਕੁਝ ਕੁ ਵਿਸਤਾਰ ਵਿੱਚ ਅੱਗੇ ਦਿੱਤੇ ਜਾਂਦੇ ਹਨ ਸਵਾਲ ਤੁਸੀਂ ਆਪਣੇ ਲੇਖ ਵਿੱਚ ਦੋ ਕਵਿਤਾਵਾਂ ਸੁਣਾਈਆਂ ਹਨ ਜੋ ਭਾਈ ਸਾਹਿਬ ਜੀ ਦੇ ਕਿਸੇ ਪੁਸਤਕ ਵਿੱਚ ਅਜੇ ਨਹੀਂ ਛਪੀਆਂ ਐਸੀਆਂ ਕਵਿਤਾਵਾਂ ਨੂੰ ਕਿਸੇ ਸੰਗ੍ਰਹਿ ਵਿੱਚ ਕਿਉਂ ਨਹੀਂ ਛਾਪਿਆ ਜਾਂਦਾ ਉੱਤਰ ਯਤਨ ਹੋ ਰਿਹਾ ਹੈ ਤੇ ਇਹ ਕਵਿਤਾਵਾਂ ਇੱਕ ਤੋਂ ਵਿਦੇਕ ਸੰਚਿਆ ਵਿੱਚ ਪ੍ਰਕਾਸ਼ਿਤ ਹੋ ਜਾਣਗੀਆਂ ਤੇ ਹੁਣ ਉਹ ਚੁੱਪ ਛੱਪ ਚੁੱਕੀਆਂ ਹਨ ਸਵਾਲ ਭਾਈ ਸਾਹਿਬ ਕਿਹੜੀ ਕਿਹੜੀ ਭਾਸ਼ਾ ਜਾਣਦੇ ਸਨ ਉੱਤਰ ਮੇਰੇ ਲੇਖ ਵਿਖੇ ਕੁਝ ਉੱਤਰ ਆ ਚੁੱਕਾ ਹੈ ਕਿ ਆਪ ਅੰਗਰੇਜ਼ੀ ਫਾਰਸੀ ਬ੍ਰਜ ਸੰਸਕ੍ਰਿਤ ਤੇ ਚੰਗੇ ਵਿਦਵਾਨ ਸਨ ਅਰਬੀ ਸਿੰਧੀ ਮਰਾਠੀ ਡਿੰਗਲ ਆਦਿ ਭਾਸ਼ਾਵਾਂ ਦਾ ਵੀ ਚੰਗਾ ਗਿਆਨ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਾਰਤ ਪਰਵ੍ਰਿਤ ਅਨੇਕ ਬੋਲੀਆਂ ਦੇ ਸ਼ਬਦ ਆਏ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਰਚਨ ਵੇਲੇ ਆਪਨੇ ਉਹਨਾਂ ਲਫ਼ਜ਼ਾਂ ਤੇ ਧਾਤੂ ਲੱਭ ਲੱਭ ਕੇ ਬੜੀ ਖੋਜ ਤੇ ਯੋਗਤਾ ਨਾਲ ਦਿੱਤੇ ਹਨ ਸਵਾਲ ਭਾਈ ਸਾਹਿਬ ਕਿੱਥੋਂ ਪੜੇ ਉਹਨਾਂ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਈਸਾਈ ಮತ ਦੇ ਬੜੀ ਵਾਕਫ ਸਨ ਈਸਾਈ ಮತ ਦੀ ਫਕੀ ਕਿਤੋਂ ਕਿੱਥੋਂ ਪ੍ਰਾਪਤ ਕੀਤੀ ਉੱਤਰ ਭਾਈ ਸਾਹਿਬ ਜੀ ਨੇ ਚਾਰਚ ਮਿਸ਼ਨ ਹਾਈ ਸਕੂਲ ਅੰਮ੍ਰਿਤਸਰ ਜੋ ਕਸੇਰੀਆਂ ਵਾਲੇ ਬਾਜ਼ਾਰ ਵਿੱਚ ਹੁੰਦਾ ਸੀ میٹرਿਕ ਤੱਕ ਵਿਦਿਆਪ੍ਰਾਪਤ ਕੀਤੀ ਸੀ ਉਸ ਸਕੂਲ ਦਾ ਪ੍ਰਿੰਸੀਪਲ ਆਮ ਤੌਰ ਤੇ ਪਾਦਰੀ ਹੁੰਦਾ ਸੀ ਤੇ ਉਸ ਦੀ ਮੈਮ ਬਾਈਬਲ ਪੜਾਇਆ ਕਰਦੀ ਸੀ ਈਸਾਈ ਮਤ ਦੀ ਬਹੁਤੀ ਫੱਕੀ ਉਦੋਂ ਮਿਲੀ ਉਹ ਨੀਰੇ ਈਸਾਈ ਮਤ ਦੇ ਹੀ ਫੱਕਫ ਨਹੀਂ ਸਗੋਂ ਸਾਰੇ ਮਤਾਂ ਦੇ ਡੂੰਗੇ ਗਿਆਤਾਂ ਸਨ ਜੋ ਉਹਨਾਂ ਨੇ ਨਿੱਜੀ ਮੁਤਾਲਿਆਂ ਨਾਲ ਫਕੀ ਫੀ ਪ੍ਰਾਪਤ ਕੀਤੀ ਉਹਨਾਂ ਨੇ ਆਪਣੇ ਇਸ ਮੁਤਾਲਿਆਂ ਵਿੱਚ ਇਹ ਸਹੀ ਕਰ ਲਿਆ ਕਿ ਹੋਰਨਾ ਮਤਾਂ ਦੇ ਉੱਚੇ ਤੋਂ ਉੱਚੇ ਅਸੂਲਾਂ ਦੇ ਟਾਕਰੇ ਤੇ ਗੁਰਮਤ ਦੇ ਅਸੂਲ ਤੇ ਆਦਰਸ਼ ਗੌਰਵਤਾ ਭਰਪੂਰ ਸ਼੍ਰੋਮਣੀ ਦੇ ਮਹਾਨ ਹਨ ਭਾਈ ਸਾਹਿਬ ਦੇ ਗੁਰਸਿੱਖੀ ਜੀਵਨ ਤੋਂ ਸਕੂਲ ਦੇ ਪ੍ਰਿੰਸੀਪਲ ਡਾਨਲਡ ਜੇ ਮਕੈਂਜੀ ਤੇ ਉਸਦੀ ਮੇਮ ਵੀ ਪ੍ਰਭਾਵਿਤ ਹੋਏ ਤੇ ਜਦ ਉਹ ਰਿਟਾਇਰ ਹੋ ਕੇ ਵਾਪਸ ਇੰਗਲੈਂਡ ਜਾਣ ਲੱਗੇ ਤਾਂ ਤੁਦੋਂ ਭਾਈ ਸਾਹਿਬ ਜੋ ਇੰਟਰਨੈਂਸ ਪਾਸ ਕਰ ਚੁੱਕੇ ਸਨ ਨੂੰ ਆਪਣੀ ਕੋਠੀ ਸੱਦਿਆ ਪਰ ਇਸ ਗੱਲ ਇਸ ਲਈ ਖੇਚਲ ਦਿੱਤੀ ਹੈ ਕਿ ਤੁਸਾਂ ਵਿੱਚ ਅਸਾਂ ਦੋਹਾਂ ਨੇ ਕੋਈ ਖਾਸ ਗੱਲ ਤੱਕੀ ਹੈ ਆਪਣੇ ਇஷ்ட ਤੇ ਫਖਰ ਵਿੱਚ ਸਦਾ ਕੁਸ਼ਤੇ ਖੇੜਿਆ ਤੁਸਾਨੂੰ ਤੱਕ ਕੇ ਅਸੀਂ ਰਸ਼ਕ ਕਰਦੇ ਰਹੇ ਹਾਂ ਕਿ ਸਾਡੇ ਵਿੱਚ ਵੀ ਤੁਸਾਂ ਵਰਗੀ ਆਪਣੀ ਇਸ਼ਟ ਹਿੱਸਾ ਜੀ ਲਈ ਪ੍ਰੇਮ ਭਾਵਨਾ ਲਹਿਰੇ ਲਵੇ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਉਹ ਕੀ ਭੇਦ ਹੈ ਪੀ ਦੀ ਗੱਲ ਹੈ ਭਾਈ ਸਾਹਿਬ ਨੇ ਗੁਰਮਤ ਦਾ ਨਾਮ ਸਿਮਰਨ ਤੇ ਨਾਮ ਦਾ ਰਹਸ ਖੋਲ ਕੇ ਬਿਆਨ ਕੀਤਾ ਕਿ ਜੇ ਹਿਰਦੇ ਵਿੱਚ ਹਰ ਵੇਲੇ ਆਪਣੇ ਇਸ਼ਟ ਦੀ ਪ੍ਰੇਮ ਭਰੀ ਯਾਦ ਤਣੀ ਰਹਤੇ ਆਪਣਤ ਦਾ ਫਖਰ ਭਰਿਆ ਰਹੇ ਤਾਂ ਸਦਾ ਉਸ ਦੇ ਪ੍ਰੇਮ ਰਸ ਨੂੰ ਮਾਣ ਦੇ ਖਿੜੇ ਰਹੀਦਾ ਹੈ ਪ੍ਰਿੰਸੀਪਲ ਨੇ ਫਿਰ ਇੱਕ ਬੜੀ ਸੁੰਦਰ ਜिल्ਦ ਬਾਈਬਲ ਦੀ ਆਪਣੇ ਵੱਲੋਂ ਕੁਝ ਅੱਖਰ ਲਿਖ ਕੇ ਭਾਈ ਸਾਹਿਬ ਨੂੰ ਭੇਟਾ ਕੀਤੀ ਤੇ ਕਿਹਾ ਕਿ ਸਾਡੇ ਲਈ ਸਭ ਤੋਂ ਪਿਆਰੀ ਸ਼ੈ ਇਹ ਪਵਿੱਤਰ ਪੁਸਤਕ ਹੈ ਤੇ ਇਹ ਮੈਂ ਇਸ ਲਈ ਨਹੀਂ ਭੇਟ ਕਰ ਰਿਹਾ ਕਿ ਤੁਸੀਂ ਇਸ ਨੂੰ ਪੜ੍ਹ ਕੇ ਈਸਾਈ ਬਣੋਗੇ ਪਰ ਇਸ ਲਈ ਹੈ ਕਿ ਜੇ ਇਹ ਤੁਸਾਂ ਦੀ ਲਾਇਬ੍ਰੇਰੀ ਵਿੱਚ ਹੋਵੇ ਕਿ ਤਾਂ ਕਦੇ-ਕਦੇ ਤੁਹਾਡੀ ਨਜ਼ਰ ਇਸ ਤੇ ਪਵੇਗੀ ਤਾਂ ਅਸੀਂ ਯਾਦ ਆ ਜਾਇਆ ਕਰਾਂਗੇ ਭਾਈ ਸਾਹਿਬ ਨੇ ਜਦੋਂ ਰਟੈਨਸ ਨਾ ਪਾਸ ਕੀਤੀ ਸੀ ਤਦੋਂ ਇਸੇ ਪ੍ਰਿੰਸੀਪਲ ਨੇ ਆਪ ਨੂੰ ਕਰੈਕਟਰ ਸਰਟੀਫਿਕੇਟ ਦਿੰਦਿਆਂ ਲਿਖਿਆ ਸੀ ਮੁੱਢ ਵਿੱਚ ਪੰਜਾਬੀ ਆਪਣੇ ਘਰੋਂ ਪੜੀ ਫਿਰ ਇੱਕ ਸੰਤ ਜੀ ਪਾਸੋਂ ਗੁਰਬਾਣੀ ਦਾ ਅਧਿਐਨ ਕੀਤਾ ਆਪ ਦੇ ਨਾਨਾ ਗਿਆਨੀ ਹਜਾਰਾ ਸਿੰਘ ਜੀ ਗੁਰਮਤ ਦੇ ਚੰਗੇ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਸ਼ ਕਰਤਾ ਤੇ ਸਮprdਾਈ ਗਿਆਨੀ ਸਨ ਬਚਨ ਵਿੱਚ ਸਕੂਲੀ ਪੜ੍ਹਾਈ ਵੇਲੇ ਬਹੁਤਾ ਸਮਾਂ ਆਪ ਉਹਨਾਂ ਪਾਸ ਹੀ ਰਹਿੰਦੇ ਰਹੇ ਤੇ ਗੁਰਬਾਣੀ ਦੇ ਅਰਥ ਭਾਵਾਂ ਦਾ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਰਹੇ। ਸਵਾਲ ਕੀ ਭਾਈ ਸਾਹਿਬ ਜੀ ਦੀਆਂ ਫੋਟੋ ਤੇ ਆਵਾਜ਼ ਦੀ ਰਿਕਾਰਡ ਰੱਖੇ ਹੋਏ ਹਨ? ਉੱਤਰ ਭਾਈ ਸਾਹਿਬ ਜੀ ਨੇ ਆਪਣਾ ਜੀਵਨ ਬਹੁਤ ਕਰਕੇ ਛੂਪੇ ਰਹਿਣ ਦੀ ਚਾਹ ਵਿੱਚ ਹੀ ਬਤਾਇਆ ਹੈ। ਫੋਟੋ ਖਿਚਵਾਉਣ ਦਾ ਸ਼ੌਂਕ ਨਹੀਂ ਸੀ। ਫੋਟੋਗ੍ਰਾਫਰ ਦੇ ਜਾਣਾ ਤਾਂ ਕਿਤੇ ਰਹਾ। ਕਿਸੇ ਨੂੰ ਖਿੱਚਣ ਦੀ ਆਗਿਆ ਵੀ ਨਹੀਂ ਸੀ। ਇਸੇ ਕਾਰਨ ਉਹਨਾਂ ਦੀਆਂ ਫੋਟੋਜ਼ ਘੱਟ ਮਿਲਦੀਆਂ ਹਨ ਤੇ ਇਹੋ ਵੀ ਕਿਸੇ ਅਮੇਚਰ ਨੇ ਸਹਿਜ ਸੁਭਾ ਬਿਨਾ ਪੁੱਛੇ ਬੈਠੇ ਖੜਿਆਂ ਦੀ ਕਿਤੇ ਖਿੱਚ ਲਈ ਜਾਂ ਇਨ੍ਹਾਂ ਅੱਖਰਾਂ ਦੇ ਲੇਖਨ ਨੇ ਕਦੇ ਆਜ਼ਾਦੀ ਲੈ ਲਈ ਜਾਂ ਕਿਸੇ ਹੋਰ ਨੇ ਕਦੇ ਅਗਿਆ ਲੈ ਲਈ ਜਾਂ ਫਿਰ ਵਿਦਿਅਕ ਕਾਨਫਰੰਸਾਂ ਦੇ ਸਮਾਗਮਾਂ ਵਿੱਚ ਕੋਈ ਸਨੈਪ ਲੈ ਜਾਂਦੇ ਸੀ ਜੋ ਆਪ ਦੀ ਫੋਟੋ ਇਉਂ ਖਿੱਚ ਵੀ ਲੈਂਦਾ ਸੀ ਉਹਨੂੰ ਹਦਾਇਤ ਕੀਤੀ ਜਾਂਦੀ ਸੀ ਕਿ ਅੱਗੋਂ ਕਿਸੇ ਨੂੰ ਪ੍ਰਿੰਟ ਨਹੀਂ ਦੇਣਾ ਹੁਣ ਭਾਈ ਫਿਰ ਸਿੰਘ ਜਨਮ ਸ਼ਤਾਬਦੀ ਸੰਪਤੀ ਨੇ ਥਾਂ-ਥਾਂ ਤੇ ਤਲਾਸ਼ ਕਰਾ ਕੇ ਲੋਕਾਂ ਦੇ ਘਰਾਂ ਤੋਂ ਫੋਟੋਜ਼ ਇਕੱਤਰ ਕੀਤੀਆਂ ਤੇ ਉਹਨਾਂ ਵਿੱਚੋਂ 52 ਫੋਟੋ ਚੁਣ ਕੇ ਇੱਕ ਐਲਬਮ 20 ਸਫ਼ੇ ਤੇ ਤਿਆਰ ਕਰਾਈ ਹੈ ਜਿਸ ਪਰ ਪ੍ਰਤੀ ਐਲਬਮ 150 ਖਰਚ ਆਇਆ ਹੈ ਗੁਰੂ ਨਾਨਕ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਦੋ ਐਲਬਮਾਂ ਆ ਚੁੱਕੀਆਂ ਹਨ ਜਿਵੇਂ ਫੋਟੋ ਕਚਵਾਣ ਦਾ ਸ਼ੌਂਕ ਨਹੀਂ ਸੀ ਤੇਵੇਂ ਆਵਾਜ਼ ਰਿਕਾਰਡ ਕਰਾਉਣ ਦੀ ਵੀ ਉਹਨਾਂ ਨੂੰ ਕੋਈ ਚਾਹ ਨਹੀਂ ਸੀ ਤੇ ਨਾ ਹੀ ਆਪਣੀ ਰਜ਼ਾਮੰਦੀ ਦਿੰਦੇ ਸਨ ਇੱਕ ਵਾਰ ਅਸਾਂ ਬਿਨਾਂ ਪੁੱਛੇ ਆਵਾਜ਼ ਰਿਕਾਰਡ ਕੀਤੀ ਡਾਕਟਰ ਮਨਮੋਹਨ ਸਿੰਘ ਜੀ ਵਿਲਾਇਤ ਗਏ ਤਾਂ ਉੱਥੋਂ ਟੇਪ ਰਿਕਾਰਡਰ ਲੈ ਆਏ। ਉਹਨਾਂ ਨੇ ਉਸ ਦੇ ਟੇਪ ਵਿੱਚ ਕੁਝ ਆਪ ਗਾ ਕੇ ਭਾਈ ਸਾਹਿਬ ਦੀਆਂ ਕਵਿਤਾਵਾਂ ਰਿਕਾਰਡ ਕੀਤੀਆਂ। ਇੱਕ ਦਿਨ ਉਹ ਆਪਣਾ ਰਿਕਾਰਡਰ ਭਾਈ ਸਾਹਿਬ ਦੀ ਕੋਠੀ ਲੈ ਆਏ। ਡਰਾਇੰਗ ਰੂਮ ਵਿੱਚ ਲੱਗਾ ਕਿ ਤਿਆਰ ਕਰ ਰੱਖਿਆ। ਭਾਈ ਸਾਹਿਬ ਜਦ ਤੱਕ ਉੱਥੋਂ ਆਏ ਤਾਂ ਡਾਕਟਰ ਜੀ ਨੇ ਆਪਣੇ ਗਾਣੇ ਰਿਕਾਰਡਰ ਤੋਂ ਸੁਣਾਏ। ਫਿਰ ਹੋਰ ਗੱਲਾਂ-ਬਾਤਾਂ ਹੁੰਦੀਆਂ ਰਹੀਆਂ ਤੇ ਮਗਰੋਂ ਉਹਨਾਂ ਨੂੰ ਬੀਨੇ ਕੀਤੀ ਗਈ ਕਿ ਆਪ ਆਪਣੀ ਕੋਈ ਕਵਿਤਾ ਸੁਣਾਓ। ਉਹਨਾਂ ਨੇ ਮੇਰੇ ਸਾਈਆਂ ਜਿਉਂ ਪੁਸਤਕ ਅੰਦਰੋਂ ਮੰਗਾਈ ਤੇ ਠਟ ਠੜੜ ਠੜੜ ਵਾਲੀ ਕਵਿਤਾ ਪੜ੍ਹਨੀ ਸ਼ੁਰੂ ਕੀਤੀ। ਡਾਕਟਰ ਸਾਹਿਬ ਨੇ ਬਿਨਾ ਦੱਸੋ ਦੱਸੇ ਰਿਕਾਰਡ ਚਲਾ ਦਿੱਤਾ ਤੇ ਉਸ ਦਾ ਮਾਈਕ ਕੋਲ ਬੈਠਿਆ ਆਪਣੇ ਹੱਥ ਵਿੱਚ ਰੱਖਿਆ। ਕਵਿਤਾ ਖਤਮ ਹੋ ਗਈ ਤਾਂ ਇੱਕ ਬੀਬੀ ਜੀ ਜੋ ਕੋਲ ਬੈਠੀ ਸੀ ਜਿਸ ਨੂੰ ਪਤਾ ਸੀ ਕਿ ਆਵਾਜ਼ ਰਿਕਾਰਡ ਹੋ ਰਹੀ ਹੈ ਉਸਨੇ ਕਿਹਾ ਡਾਕਟਰ ਜੀ ਹੁਣ ਸਾਨੂੰ ਸੁਣਾ ਕੈਸੀ ਬਾਜ਼ ਰਿਕਾਰਡ ਹੋਈ ਹੈ ਭਾਈ ਸਾਹਿਬ ਜੀ ਨੇ ਚੰਬੇ ਨਾਲ ਪੁੱਛਿਆ ਕਿ ਮੇਰਾ ਸੁਣਾਉਣਾ ਰਿਕਾਰਡ ਕਰ ਲਿਆ ਹੈ ਜੀ ਹਾਂ ਇੱਕ ਵੇਰਾ ਦਿੱਲੀ ਰੇਡੀਓ ਸਟੇਸ਼ਨ ਦੀ ਸਰਕਾਰੀ ਕਰਮਚਾਰੀ ਆਪ ਦੀ ਕੋਈ ਕਵਿਤਾ ਆਪ ਤੋਂ ਰਿਕਾਰਡ ਕਰਾਉਣ ਲਈ ਡੇਰਾ ਦੂਨ ਗਏ ਬੜੀ ਮੁਸ਼ਕਲ ਨਾਲ ਡਾਕਟਰ ਬਲਬੀਰ ਸਿੰਘ ਜੀ ਨੇ ਆਪ ਨੂੰ ਰਾਜ਼ੀ ਕੀਤਾ ਇਕਾਂਤ ਕਮਰੇ ਵਿੱਚ ਬੈਠ ਕੇ ਸਹਿ ਸੁਭਾ ਕੁਝ ਕਵਿਤਾਵਾਂ ਪੜ੍ਹ ਦਿੱਤੀਆਂ ਸਵਾਲ ਕੀ ਭਾਈ ਸਾਹਿਬ ਜੀ ਨੂੰ ਕੋਈ ਅੰਗਰੇਜ਼ ਦਾ ਸਰਕਾਰੀ ਕਰਮਚਾਰੀ ਵੀ ਮਿਲਣ ਆਉਂਦੇ ਰਹਿੰਦੇ ਸਨ ਉੱਤਰ ਇੰਗਲੈਂਡ ਅਮਰੀਕਾ ਤੋਂ ਕਦੇ ਕੋਈ ਅੰਗਰੇਜ਼ ਤਾਂ ਆ ਕੇ ਮਿਲਦੇ ਹੁੰਦੇ ਸਨ ਤੇ ਉਹ ਆਪ ਨੂੰ ਇੱਕ ਸਹਾਇਤਿਕ ਮੰਨੀ ਪਰਮੰਨੀ ਹਸਤੀ ਹੋਣ ਦੇ ਨਾਤੇ ਵਿਚਾਰ ਵਟਾਂਦਰੇ ਕਰਨ ਲਈ ਆ ਕੇ ਮਿਲਦੇ ਸਨ ਕੋਈ ਸਰਕਾਰੀ ਅਧਿਕਾਰੀ ਅੰਗਰੇਜ਼ ਆਇਆ ਉਹ ਵੇ ਯਾਦ ਨਹੀਂ ਆਪ ਦਾ ਜੋ ਬਹੁਤ ਕਰਕੇ ਧਾਰਮਿਕ ਤੇ ਵਿਦਿੱਕ ਪੱਖ ਵੱਲ ਵਿਸ਼ੇਸ਼ ਹੋਣ ਕਰਕੇ ਯੂਨੀਵਰਸਿਟੀ ਲਾਹੌਰ ਦੇ ਰਜਿਸਟਰਾਰ ਜਾਂ ਫੈਲੋ ਆਦ ਤਾਂ ਕਦੇ-ਕਦੇ ਮਿਲਦੇ ਹੀ ਰਹਿੰਦੇ ਸਨ ਵੈਸੇ ਅੰਗਰੇਜ਼ ਸਰਕਾਰ ਦੀ ਸੀ ਆਈਡੀ ਨੇ ਤਾਂ 1911 ਵਿੱਚ ਉਹਨਾਂ ਨੂੰ ਅੰਗਰੇਜ਼ੀ ਰਾ ਦਾ ਬਾਗੀ ਅੰਗਰੇਜ਼ ਵਿਰੋਧੀ ਗਰਦਾਨਿਆਂ ਸੀ ਸਵਾਲ ਘਰ ਬਾਹਰ ਜਾਂ ਦਫ਼ਤਰ ਵਿੱਚ ਲੋਕਾਂ ਨੂੰ ਕਿਵੇਂ ਮਿਲਦੇ ਸਨ ਉੱਤਰ ਘਰ ਵਿੱਚ ਜਾਂ ਬਾਹਰ ਲੋਕਾਂ ਦੇ ਮਿਲਣ ਵੇਲੇ ਆਪ ਬੜੇ ਸਨੇਹ ਨਾਲ ਹੱਥ ਜੋੜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਸਨ ਦਫ਼ਤਰ ਵਿੱਚ ਦੀ ਲੰਘ ਕੇ ਜਦ ਆਪ ਅੱਗੇ ਆਪਣੇ ਦਫ਼ਤਰ ਵਿੱਚ ਜਾਂਦੇ ਸਨ ਤਾਂ ਅਸੀਂ ਸਤਕਾਰ ਵਿੱਚ ਆਪਣੀਆਂ ਕੁਰਸੀਆਂ ਤੋਂ ਉੱਠ ਕੇ ਹੱਥ ਜੋੜ ਸੀਸ ਨਿਵਾ ਫਤਿਹਕ ਜਾਂਦੇ ਸਾਂ ਉਹ ਹੱਥ ਜੋੜ ਫਤਿਹ ਗ ਜਾ ਕੇ ਆਪਣੇ ਦਫ਼ਤਰ ਜਾ ਸਜਦੇ ਸਨ ਸਾਡੇ ਹਿਰਦਿਆਂ ਵਿੱਚ ਉਹਨਾਂ ਲਈ ਦੂਰਾ ਸਤਕਾਰ ਲਹਿਰੇ ਲੈ ਰਿਹਾ ਸੀ ਇੱਕ ਤਾਂ ਉਹ ਸਾਡੇ ਸਵਾਮੀ ਸਨ ਤੇ ਦੂਸਰੇ ਸਾਡੇ ਦਿਲਾਂ ਵਿੱਚ ਉਹਨਾਂ ਲਈ ਪਿਤਾ ਵਾਲਾ ਪਿਆਰ ਵਸਦਾ ਸੀ ਤੇ ਉਹ ਸਾਨੂੰ ਨਿੱਜੀ ਬੱਚਿਆਂ ਵਾਂਗ ਪਿਆਰ ਕਰਦੇ ਸਨ ਸੋ ਜੋ ਸਤਕਾਰ ਬਰਖੁਰਦਾਰ ਬੱਚਿਆਂ ਦੇ ਹਿਰਦਿਆਂ ਵਿੱਚ ਆਪਣੇ ਪਿਆਰੇ ਪਿਤਾ ਲਈ ਹੋਣਾ ਚਾਹੀਦਾ ਹੈ ਅਸੀਂ ਉਸ ਦੇ ਫਖਰ ਵਿੱਚ ਰਹਿੰਦੇ ਸਾਂ ਪ੍ਰਸ਼ਨ ਕੀ ਭਾਈ ਸਾਹਿਬ ਜੀ ਨੇ ਯਾਤਰਾ ਸਫਰ ਵੀ ਕੀਤੇ ਹਨ ਜਾਂ ਘਰ ਹੀ ਰਹੇ ਹਨ ਜੇ ਸਫਰ ਕਰਦੇ ਸਨ ਤਾਂ ਰੇਲ ਤੇ ਕਾਰ ਤੇ ਜਾਂ ਬੱਸ ਤੇ ਕਰਦੇ ਸਨ ਉੱਤਰ ਪਾਈ ਸਾਹਿਬ ਜੀ ਨੇ ਅਨੇਕ ਸਫ਼ਰ ਕੀਤੇ ਹਨ ਗੁਰਧਾਮਾਂ ਦੀ ਯਾਤਰਾ ਖਾਸ ਤੌਰ ਤੇ ਸ੍ਰੀ ਅੰਮ੍ਰਿਤਸਰ ਦੇ ਨੇੜੇ ਦੇ ਸਾਰੇ ਗੁਰਧਾਮਾਂ ਤੇ ਆਪ ਗਈ ਬਾਰ ਪਦਾਰੇ ਹਨ ਫੇ ਸ੍ਰੀ ਫਤਗੜ ਸਾਹਿਬ ਸਰੰਦ ਸ੍ਰੀ ਕੀਰਤਪੁਰ ਸ੍ਰੀ ਅਨੰਦਪੁਰ ਬੰਗਾਣੀ ਚਮਕੌਰ ਸਾਹਿਬ ਧੰਮ ਦੀ ਆਪ ਨੇ ਯਾਤਰਾ ਕੀਤੀ ਹੈ ਅਨੇਕ ਗੁਰਧਾਮਾਂ ਦੇ ਦਰਸ਼ਨਾਂ ਵੇਲੇ ਆਪਣੇ ਦਿੱਲੀ ਜਜ਼ਬਾਤ ਸ਼ਰਦਾ ਭਰੇ ਕਵਿਤਾਵਾਂ ਵਿੱਚ ਗੁੰਦੇ ਵੀ ਹਨ ਜੋ ਉਹਨਾਂ ਦੀਆਂ ਰਚਨਾਵਾਂ ਵਿੱਚ ਛਪੇ ਹੋਏ ਹਨ ਵਿਦਿਅਕ ਕਾਨਫਰੰਸਾਂ ਜਿੱਥੇ-ਜਿੱਥੇ ਵੀ ਹੁੰਦੀਆਂ ਸੀ ਆਪ ਅਕਸਰ ਪਦਾਰਥੀ ਰਹੇ ਗਰਮੀਆਂ ਵਿੱਚ ਪਹਾੜਾਂ ਤੇ ਜਾਂਦੇ ਹੁੰਦੇ ਸਨ ਸ਼੍ਰੀਨਗਰ ਗੁਲਮਾਰਗ ਬਾਰਾਮੂਲਾ ਮੋਹਰਾ ਸ਼ਿਮਲਾ ਕਸੋਲੀ ਮਸੂਰੀ ਮਾਊਂਟ ਆਬੂ ਆਦ ਥਾਈ ਜਾਂਦੇ ਰਹੇ ਹਨ ਬੰਬਈ ਵੀ ਕਈ ਵਾਰ ਗਏ ਹਨ ਲੰਬੇ ਸਫਰ ਆਪਨੇ ਰੇਲ ਤੇ ਹੀ ਕੀਤੇ ਹਨ ਨੇੜੇ ਦੇ ਟੈਕਸੀ ਜਾਕਾਰ ਤੇ ਬੱਸ ਪਰ ਸ਼ਾਇਦ ਕਦੇ ਵੀ ਨਹੀਂ ਚੜੇ ਸ਼ਹਿਰ ਵਿੱਚ ਆਪਣੀ ਵਿਕਟੋਰੀਆ ਗੱਡੀ ਤੇ ਜਾਂ ਆਪਣੇ ਪ੍ਰਾਈਵੇਟ ਟਾਂਗੇ ਤੇ ਜਾਂਦੇ ਆਉਂਦੇ ਸਨ ਸਵਾਲ ਮਸ਼ਹੂਰ ਹੈ ਕਿ ਭਾਈ ਸਾਹਿਬ ਮੱਥਾ ਟਿਕਾਉਂਦੇ ਸਨ ਤੇ ਕਈ ਉਹਨਾਂ ਨੂੰ ਗੁਰੂ ਦਮ ਦਾ ਪ੍ਰਚਾਰ ਕਰਨ ਵਾਲੇ ਵੀ ਕਹਿੰਦੇ ਹਨ ਉੱਤਰ ਭਾਈ ਸਾਹਿਬ ਧਾਰਮਿਕ ਭਾਵਾਂ ਤੇ ਵਿਆਖਿਆਕਾਰ ਗੁਰਮਤ ਦੀਆਂ ਗੋਜ ਰਮਜ਼ਾ ਦੇ ਖੋਲਣਹਾਰ ਆਤਮ ਰਸਿਆ ਹਸਤੇ ਸਨ ਇਸ ਲਈ ਵੱਡੇ ਵੱਡੇ ਸੰਤ ਮਹਾਤਮਾ ਵੀ ਆਪ ਨੂੰ ਮਿਲਣ ਆਉਂਦੇ ਸਨ ਤੇ ਉਹ ਜਿਵੇਂ ਆਪੋਂ ਵਿੱਚ ਇੱਕ ਦੂਜੇ ਸੰਤ ਨੂੰ ਮੱਥਾ ਟੇਕਦੇ ਹਨ ਗੁਰੂਪਾਵਨਾ ਵਿੱਚ ਨਹੀਂ ਪਰ ਸਤਕਾਰ ਵਿੱਚ ਤੇ ਪੰਚਮ ਪਾਤਸ਼ਾਹ ਜੀ ਦੇ ਇਸ ਹੁਕਮ ਅਨੁਸਾਰ ਜੋ ਦਿਸੇ ਗੁਰ ਸਿੱਖੜਾ ਤਿਸ ਨਿਮ ਨਿਮ ਲਾਗਿਓ ਪਾਇ ਜਿਉ ਜੇ ਉਹ ਆਪ ਵੱਲ ਆਪਣਾ ਸਿਰ ਝੁਕਾਉਂਦੇ ਤਾਂ ਆਪ ਅੱਗੋਂ ਆਪਣੇ ਹੱਥ ਤੇ ਉਹਨਾਂ ਦਾ ਸਿਰ ਥੰਮ ਕੇ ਫਤੇ ਗਜਾਉਂਦੇ ਤੇ ਕਹਿੰਦੇ ਕਲਗੀਧਰ ਪਾਤਸ਼ਾਹ ਦਾ ਹੁਕਮ ਖਾਸ ਇਹ ਨੂੰ ਫਤਹਿ ਗਜਾਉਣਾ ਹੈ ਕਲਗੀਧਰ ਜੀ ਨੇ ਫਤੇ ਵਿੱਚ ਤੇਜ ਭਰਿਆ ਹੈ ਖਾਲਸਾ ਜੀ ਆਪਣਾ ਤੇਜ ਸੰਭਾਲੋ ਚਰਨਮਰਤ ਤੇ ਪੈਰੀ ਪਵਣਾ ਜਗ ਵਰਤਾਇਆ ਦੀ ਰਹਿਰਾਸ ਨੂੰ ਉਹਨਾਂ ਦੇ ਅੰਮ੍ਰਿਤ ਤੇ ਫਤੇ ਬਲਾਉਣ ਵਿੱਚ ਬਦਲ ਦਿੱਤਾ ਹੈ ਸਾਨੂੰ ਉਹਨਾਂ ਹੁਕਮਾਂ ਤੇ ਹੀ ਤੁਰਨਾ ਚਾਹੀਦਾ ਹੈ ਮੱਥਾ ਟੇਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਜਾਗਤ ਜੋ ਸਾਡੇ ਇਸ਼ਟ ਗੁਰੂ ਹਨ ਉਹਨਾਂ ਨੂੰ ਹੀ ਟੇਕਣਾ ਹੈ ਆਪ ਗੁਰੂ ਦਮ ਦੇ ਪ੍ਰਚਾਰਕ ਪ੍ਰਚਾਰਕ ਨਹੀਂ ਸਨ ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਹਰ ਇੱਕ ਨੂੰ ਜੋੜਦੇ ਸਨ ਆਪਣਾ ਚੇਲਾ ਕਿਸੇ ਨੂੰ ਨਹੀਂ ਬਣਾਉਂਦੇ ਸਨ ਗੁਰੂ ਭਾਵਨਾ ਆਪ ਦੀ ਕੀ ਸੀ ਨਾਮ ਧਾਰੇ ਨਾਲ ਚੱਲੇ ਚਰਚਾਵਾਦ ਵਿੱਚ ਗੁਰੂ ਪਦ ਨਿਰਣੇ ਆਪ ਦੀ ਰਹਿਨਮਾਈ ਹੇਠ ਲਿਖੀ ਗਈ ਪੁਸਤਕ ਸਪਸ਼ਟ ਕਰ ਦਿੰਦੀ ਹੈ ਗੁਰੂ ਭਾਵਨਾ ਇਸ਼ਟ ਭਾਵਨਾ ਉਹਨਾਂ ਦੀ ਦੱਸੋ ਗੁਰੂ ਸਾਹਿਬਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਰ ਅਤੀ ਪਿਆਰ ਗੋਦੀ ਤੇ ਅਨੰਨ ਸੀ ਇਹ ਉਹਨਾਂ ਦੇ ਅਮਲ ਤੇ ਉਹਨਾਂ ਦੀਆਂ ਲੇਖਤਾਂ ਤੋਂ ਸਪਸ਼ਟ ਹੈ ਇੱਕ ਵਾਰ ਕੋਈ ਸੱਜਣ ਆਪਣੇ ਬੱਚੇ ਦਾ ਵਿਆਹ ਕਰਕੇ ਆਇਆ ਤੇ ਨਾਲ ਬੁੰਦੀ ਦਾ ਥਾਲ ਲੈ ਆਇਆ ਆਪਦੇ ਅੱਗੇ ਧਰ ਕੇ ਕਹਿਣ ਲੱਗਾ ਕਿ ਸਾਰੇ ਸੱਜਣਾਂ ਨੂੰ ਆਪਣੀ ਹੱਥੀ ਪ੍ਰਸ਼ਾਦ ਬਖਸ਼ੋ ਆਪਨੇ ਕੀ ਇਹ ਤਾਂ ਮਿਠਾਈ ਹੈ ਪ੍ਰਸ਼ਾਦ ਨਹੀਂ ਪ੍ਰਸ਼ਾਦ ਤਦ ਬਣੇਗਾ ਜੇ ਇਹ ਜਾਗਤ ਜੋਤ ਸਤਗੁਰ ਦੇ ਹضور ਹਜ਼ੂਰ ਅਰਦਾਸਾਂ ਸੋਧ ਕੇ ਭੇਟ ਹੋਵੇਗਾ ਨਹੀਂ ਤਾਂ ਇਹ ਪ੍ਰਸ਼ਾਦ ਨਹੀਂ ਜੋ ਉਸੇ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਥਾਲੀ ਜਾ ਕੇ ਅਰਦਾਸਾਂ ਸੋਧਦੀਆ ਗਿਆ ਤੇ ਸੰਗਤ ਵਿੱਚ ਗੁਰੂ ਦਾ ਪ੍ਰਸ਼ਾਦ ਹੋ ਕੇ ਵਰਤਾਇਆ ਗਿਆ ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ਡਾਕਟਰੀ ਡਿਗਰੀ ਤੇ ਚੋਗਾ ਰਜਿਸਟਰਾਰ ਹੱਥੀ ਆਪਣੇ ਪਾਸ ਆਪ ਦੀ ਕੋਠੀ ਭੇਜ ਕੇ ਭੇਟ ਕੀਤਾ ਤਾਂ ਆਪ ਨੇ ਤਹ ਤੱਕ ਅੰਗ ਨਹੀਂ ਲਗਾਇਆ ਜਦ ਤੱਕ ਉਹ ਗੁਰੂ ਬਾਬਾ ਜੀ ਦੇ ਹਜ਼ੂਰ ਪੇਸ਼ ਕਰਕੇ ਅਰਦਾਸਾਂ ਨਹੀਂ ਸੋਧੀਆਂ ਕਿਆ ਫਿਰ ਉਹ ਗੁਰੂ ਮਹਾਰਾਜੀ ਬਖਸ਼ੀ ਦਾਤ ਸਮਝ ਕੇ ਝੋਲੀ ਪਵਾਇਆ ਗਿਆ ਮੱਥਾ ਟੇਕਣ ਬਾਰੇ ਮੈਂ ਦੱਸ ਹੀ ਆਇਆ ਹਾਂ ਕਿ ਆਪਰ ਨਹੀਂ ਸੀ ਟਿਕਾਉਂਦੇ ਪਰ ਜੋ ਕਿਸੇ ਵੇਲੇ ਆਪ ਕਿਸੇ ਨਾਲ ਖਾਸ ਗੂੜੇ ਵਿਸ਼ੇ ਤੇ ਕੋਈ ਗੱਲ ਕਰ ਰਹੇ ਹਨ ਤੇ ਸਮੁੱਚਾ ਧਿਆਨ ਉਸ ਗੱਲ ਵੱਲ ਲੱਗਾ ਹੋਇਆ ਹੈ ਤੇ ਉਸ ਵੇਲੇ ਕੋਈ ਅਚਾਨਕ ਆ ਕੇ ਚਰਨਾ ਤੇ ਡਿੱਗ ਪਿਆ ਹੈ ਤੇ ਆਪ ਨੇ ਮਗਰੋਂ ਉਠਾਇਆ ਹੈ ਤਾਂ ਇਹ ਮਜਬੂਰੀ ਸੀ ਬਾਕੀ ਇਸ ਸਮਾਗਮ ਦੇ ਪ੍ਰਧਾਨ ਡਾਕਟਰ ਗੰਡਾ ਸਿੰਘ ਜੀ ਨੇ ਬੈਠੇ ਹਨ ਭਾਈ ਸਾਹਿਬ ਨਾਲ ਇਹਨਾਂ ਦੇ ਇਨਾ ਸਬੰਧ ਬੜਾ ਲੰਬਾ ਅਰਸਾ ਗੂੜਾ ਰਿਹਾ ਹੈ ਇਹਨਾਂ ਤੋਂ ਪੁੱਛ ਲਓ ਕਿ ਇਹਨਾਂ ਨੇ ਕਿੰਨੀ ਵਾਰ ਮੱਥਾ ਟੇਕਿਆ ਹੈ ਸਵਾਲ ਗਿਆਨੀ ਗਿਆਨ ਸਿੰਘ ਨੇ ਆਪਣੇ ਵਿਪੁੱਧ ਮਨਖਾਸਾ ਟੈਕਟ ਵਿੱਚ ਭਾਈ ਸਾਹਿਬ ਦੇ ਵਿਰੁੱਧ ਲਿਖਿਆ ਹੈ ਉਹ ਕੀ ਮਾਮਲਾ ਹੈ ਉੱਤਰ ਗਿਆਨੀ ਜੀ ਦਾ ਮਾਮਲਾ ਮੇਰੇ ਆਉਣ ਤੋਂ ਪਹਿਲੇ ਦਾ ਹੈ ਜੋ ਮੈਂ ਸੁਣਿਆ ਹੈ ਉਹ ਇਹ ਹੈ ਕਿ ਗਿਆਨੀ ਜੀ ਦਾ ਸੁਭਾਅ ਬੜਾ ਗੁੱਸੇ ਵਾਲਾ ਸੀ ਇੱਕ ਥਾਂ ਜੋ ਇਕਰਾਰ ਕਰ ਦੇ ਮਾਮੂਲੀ ਗੱਲ ਤੇ ਵਿਗੜ ਕੇ ਸਬੰਧ ਤੋੜ ਦਿੰਦੇ ਖਾਸਾ ਟਰੈਕਟ ਸੁਸਾਇਟੀ ਨੂੰ ਆਪ ਨੇ ਆਪਣੀ ਤਵਾਰੀਖ ਖਾਸਾ ਕਾ ਕਾਪੀਰਾਈਟ ਦੇ ਦਿੱਤਾ ਤੇ ਸੁਸਾਇਟੀ ਨੇ ਆਪ ਦੀ ਪੈਨਸ਼ਨ ਮੁਕਰਰ ਕਰ ਦਿੱਤੀ ਜੋ ਕੁਝ ਸਮਾਨ ਦਿੱਤੀ ਜਾਂਦੀ ਰਹੀ ਫਿਰ ਕਿਸੇ ਗੱਲ ਤੇ ਨਾਰਾਜ਼ ਹੋ ਗਏ ਸੋਸਾਇਟੀ ਨੂੰ ਬਹੁਤ ਬੁਰਾ ਪਹਲਾ ਕੇ ਆ ਪੈਨਸ਼ਨ ਮੋੜ ਦਿੱਤੀ ਜਾਂ ਬੰਦ ਕਰ ਦਿੱਤੀ ਗਈ ਵਿੱਚੋਂ ਹੀ ਡਾਕਟਰ ਗੰਡਾ ਸਿੰਘ ਜੀ ਬੋਲ ਪਏ ਕਿ ਇਸ ਬਾਰੇ ਮੈਂ ਦੱਸਾਂਗਾ ਮੈਂ ਆ ਸੋਸਾਇਟੀ ਦਾ ਸਕੱਤਰ ਰਹਿ ਚੁੱਕਾ ਹਾਂ ਸਵਾਲ ਪਾਈ ਸਾਹਿਬ ਦਾ ਮੇਲਗੇਲ ਰਾਜਿਆਂ ਅਮੀਰਾਂ ਨਾਲ ਰਿਹਾ ਹੈ ਉਹ ਸਾਰ ਸੁੰਦਰ ਜੀ ਦੇ ਤਾਂ ਮਿੱਤਰ ਰਹੇ ਪਰ ਗਰੀਬਾਂ ਨੂੰ ਕਿਉਂ ਨਹੀਂ ਸੰਨ ਮਿਲਦੇ ਗਰੀਬਾਂ ਵਿੱਚ ਜਾ ਕੇ ਉਹਨਾਂ ਨੇ ਕਿਉਂ ਪ੍ਰਚਾਰ ਨਹੀਂ ਕੀਤਾ ਉੱਤਰ ਭਾਈ ਸਾਹਿਬ ਅਮੀਰਾਂ ਗਰੀਬਾਂ ਸਭ ਨੂੰ ਮਿਲਦੇ ਸਨ ਇਹ ਗਲਤ ਹੈ ਕਿ ਉਹ ਗਰੀਬਾਂ ਨੂੰ ਨਹੀਂ ਸੀ ਮਿਲਦੇ ਉਹਨਾਂ ਵੱਲੋਂ ਕਿਸੇ ਨੂੰ ਮਿਲ ਨਾ ਮਿਲਣ ਦੀ ਵਰਜਣਾ ਨਹੀਂ ਸੀ ਅਮੀਰਾਂ ਦਾ ਉਸ ਵੇਲੇ ਕੀ ਕੀ ਹਾਲ ਸੀ ਉਹਨਾਂ ਦੀ ਦਸ਼ਾ ਆਪ ਦੇ ਰਚੇ ਨਾਟਕ ਰਾਜਾ ਲਖਦਾਤਾ ਸਿੰਘ ਵਿੱਚੋਂ ਵੇਖੀ ਜਾ ਸਕਦੀ ਹੈ ਕਿ ਕਿਵੇਂ ਉਹ ਐਸ਼ੋ ਇਸ਼ਰਤ ਦੇ ਵਿੱਚ ਡੁੱਬੇ ਮਤਮਦਰਾਂ ਦੇ ਹੱਥ ਵਿੱਕ ਰਹੇ ਸਨ ਸਰਦਾਰ ਸੁੰਦਰ ਸਿੰਘ ਜੀ ਨਾਲ ਪਿਆਰ ਤੇ ਮਿਲਾਪ ਵਧਾ ਕੇ ਉਹਨਾਂ ਨੇ ਅਮੀਰ ਤਬਕੇ ਵਿੱਚ ਆਦਰਸ਼ਕ ਗੁਰਸਿੱਖੀ ਦੇ ਪਿਆਰ ਦੀ ਰੂਹ ਫੂਕੀ ਸਰਦਾਰ ਸੁੰਦਰ ਸਿੰਘ ਜੀ ਨੇ ਆਪਣੇ ਰਸੂਖ ਨਾਲ ਹੋਰ ਅਨੇਕਾਂ ਅਮੀਰਾਂ ਨੂੰ ਡਿੱਗਣ ਤੋਂ ਬਚਾਇਆ ਹੈ ਦੇ ਗੁਰਸਿੱਖੀ ਦੇ ਘੇਰੇ ਵਿੱਚ ਪੱਕਿਆ ਕੀਤਾ ਤੇ ਭਾਈ ਸਾਹਿਬ ਜੀ ਦੀ ਸੰਗਤ ਵਿੱਚ ਅਮੀਰ ਘਰਾਣਿਆਂ ਵਿੱਚੋਂ ਨਸ਼ਿਆਂ ਦਾ ਪਿਆਰ ਘਟਾ ਕੇ ਹੋਰਨਾ ਮਤਾਂ ਵਿਸ਼ੇਸ਼ ਕਰਕੇ ਈਸਾਈ ਮਤ ਵੱਲ ਪਤੀਤ ਹੋਣ ਤੋਂ ਬਚਾਇਆ ਤੇ ਗੁਰਸਿੱਖੀ ਵਿੱਚ ਸਾਵਧਾਨ ਕੀਤਾ ਬਾਕੀ ਜੋ ਕੁਝ ਭਾਈ ਸਾਹਿਬ ਜੀ ਨੇ ਸਹਾਇਤਾ ਪੈਦਾ ਕੀਤਾ ਹੈ ਉਹ ਗਰੀਬਾਂ ਤੇ ਅਮੀਰਾਂ ਸਭ ਨੂੰ ਉੱਚਾ ਚੁੱਕਣ ਵਾਲਾ ਹੈ ਉਹ ਕਿਸੇ ਖਾਸ ਵਰਗ ਦੇ ਲਈ ਨਹੀਂ ਪਰ ਸਰਬੱਤ ਲਈ ਸੁਖਦਾਈ ਤੇ ਸਰਬੱਤ ਦੇ ਭਲੇ ਆਦਰਸ਼ਕ ਮਾਨਵ ਜੀਵਨ ਰੂਸ਼ਨਾਉਣ ਵਾਲਾ ਹੈ ਤੇ ਉਹਨਾਂ ਦੇ ਇਸ ਸਹਿਤੇ ਦਾ ਪ੍ਰਤੱਖ ਅਸਰ ਹੋਇਆ ਸਾਰੇ ਜਾਣਦੇ ਹਨ ਕਿ ਜਿੰਨੀ ਸਿੱਖੀ ਸੁਧਾਰਕ ਲਹਿਰਾਂ ਚੱਲੀਆਂ ਹਨ ਉਹ ਆਪ ਦੇ ਸਹਾਇਤ ਦੀ ਪੈਦਾ ਕੀਤੀ ਜਾਗਰਤ ਨੇ ਉਭਜਾਇਆ ਹਨ ਹੋਰ ਉਹ ਆਪ ਕੋਈ ਐਸਾ ਪ੍ਰਚਾਰਕ ਨਹੀਂ ਸਨ ਕਿ ਅਮੀਰਾਂ ਦੀਆਂ ਜਲਸਿਆਂ ਵਿੱਚ ਤਾਂ ਜਾ ਕੇ ਪ੍ਰਚਾਰ ਕਰਦੇ ਸਨ ਤੇ ਗਰੀਬਾਂ ਦੀ ਜਮਕਟਾਂ ਵਿੱਚ ਨਹੀਂ ਸੀ ਜਾਂਦੇ ਉਹਨਾਂ ਨੇ ਜੋ ਪ੍ਰਚਾਰ ਦੀ ਰਫਸ਼ ਅਖਤਿਆਰ ਕੀਤੀ ਆਪਣੀ ਮੇਜ਼ ਤੇ ਬੈਠ ਕੇ ਸਾਹਿਤ ਪੈਦਾ ਕਰਨ ਦੀ ਉਹ ਮਹਾਨ ਨਿਗਰ ਸੇਵਾ ਹੈ ਤੇ ਉਹ ਅਮਰ ਪ੍ਰਚਾਰ ਹੋ ਨਿਭੜੀ ਹੈ ਲੈਕਚਰਾਰ ਦੇ ਬੋਲ ਤਾਂ ਸਰੋਤੇ ਕੰਨਾਂ ਨਾਲ ਸੁਣ ਲੈਂਦੇ ਤੇ ਹਵਾ ਵਿੱਚ ਉੱਡ ਜਾਂਦੇ ਹਨ ਪਰ ਆਪ ਦੇ ਬੋਲ ਪੱਥਰ ਤੇ ਲੀਕ ਹਨ ਸਨੈਰੀ ਲੀਕ ਜਿਸ ਤੋਂ ਵੱਡੀ ਲੀਕ ਅਜੇ ਤੱਕ ਹੋਰ ਕੋਈ ਨਹੀਂ ਕਿੱਛ ਸਕਿਆ ਤੇ ਆਪ ਦਾ ਇਹ ਸਾਹਿਤ ਰੈਂਦੀ ਦੁਨੀਆ ਤੱਕ ਪਾਠਕਾਂ ਨੂੰ ਚਾਹੇ ਉਹ ਅਮੀਰ ਹਨ ਤੇ ਚਾਹੇ ਗਰੀਬ ਸਿੱਧੇ ਸੁਖਦਾਈ ਮਾਰਗ ਤੇ ਤਰਾਉਂਦੇ ਰਹੇ ਰਹੇਗਾ ਅਨੇਕ ਜਗਿਆਸੂਆਂ ਨੇ ਜੋ ਅਮੀਰ ਨਹੀਂ ਸਨ ਉਹਨਾਂ ਦੇ ਦਰਸ਼ਨਾ ਵਚਨਾਂ ਤੇ satsang ਤੋਂ ਆਤਮਿਕ ਰੋਸ਼ਨੀ ਪਾਈ ਫਿਰ ਆਪਣੇ ਜੀਵਨ ਵਿੱਚ अनेका ਗਰੀਬਾਂ ਦੀ ਚੁੱਪਚਾਪ ਆਪ ਮਾਇਕ ਸਹਾਇਤਾ ਲਗਾਤਾਰ ਕਰਦੇ ਰਹੇ ਨੇਕਤੇ ਬੱਚਿਆਂ ਨੂੰ ਵਿਦਿਆ ਪ੍ਰਾਪਤੀ ਵਿੱਚ ਮਦਦ ਦਿੰਦੇ ਰਹੇ ਤੇ ਪੂਰਨ ਹਮਦਰਦੀ ਵਿੱਚ ਉਹਨਾਂ ਦੇ ਜੀਵਨ ਖੇਤਰ ਨੂੰ ਉન્નਤੀ ਦੀ ਸਫਲਤਾ ਦੀ ਚੋਟੀ ਤੇ ਪਹੁੰਚਾਉਣ ਲਈ ਕਈ ਪ੍ਰਕਾਰ ਦੀ ਮਦਦ ਕਰਦੇ ਰਹੇ ਅੰਤ ਵਿੱਚ ਬੇਨਤੀ ਕੀਤੀ ਗਈ ਕੀ ਉਹ ਹੋ ਸਕਦਾ ਹੈ ਕਿ ਕਿਸੇ ਹੋ ਸੱਜਣ ਦਾ ਪ੍ਰਸ਼ਨ ਮੈਂ ਨੋਟ ਨਾ ਕਰ ਸਕਿਆ ਹੋਵਾਂ ਤੇ ਉਸ ਦਾ ਉਤਰ ਨਾ ਦਿੱਤਾ ਗਿਆ ਹੋਵੇ ਉਹ ਸੱਜਣ ਮੈਨੂੰ ਕੀਮਾ ਦਾ দান ਬਖਸ਼ਣ